ਇਹ ਤੋਂ ਅਗਲਾ ਦੋਹਰਾ ਜਿਹੜਾ ਸੀ ਪ੍ਰਹਲਾਦ ਸਿੰਘ ਨੇ ਲਿਖਿਆ ਉਹਨੂੰ ਨਹੀਂ ਲਿਆ ਪੰਥ ਨੇ ਅਰਦਾਸ। ਅਰਦਾਸ ਦੇ ਵਿੱਚ ਗਿਆਨੀ ਗਿਆਨ ਸਿੰਘ ਦੀ ਇੱਕ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ 'ਚ ਲਿਖੀ, ਉਹਦੀ ਇੱਕ ਤੁੱਕ ਪਾ ਦਿੱਤੀ, ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ। ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਅਤੇ ਦਸਮ ਪਾਤਸ਼ਾਹ ਕਹਿੰਦੇ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਜਿਹੜੇ ਪ੍ਰਾਣ ਪੰਥ ਵਿੱਚ ਸੀ ਉਹ ਪ੍ਰਾਣ ਵਾਲਾ ਪੰਥ ਬਾਦਲ ਦਾ ਨੌਕਰ ਬਣਿਆ ਫਿਰਦਾ, ਅਤੇ ਦਸਮ ਪਾਤਸ਼ਾਹ ਦੀ ਆਤਮਾ ਲੀਰੋ ਲੀਰ ਹੋਈ ਫਿਰਦੀ। ਇੱਥੇ ਅਸੀਂ, ਸਾਡਾ ਬੇੜਾ ਗਰਕ ਹੋ ਗਿਆ, ਸਾਡੀ ਕੌਮ ਦਾ ਵਾਰਸ ਨਹੀਂ ਰਿਹਾ ਕੋਈ, ਅਸੀਂ ਗੁਰੂ ਤੋਂ ਵਿਹੂਣੇ ਅੱਜ ਤੁਰੇ ਫਿਰਦੇ। ਨਾਮ ਤੋਂ ਸੱਖਣੇ ਪਹਿਲਾਂ ਸੀ, ਭੇਖੀ ਸਿੱਖਾਂ ਦੀ ਤਰ੍ਹਾਂ ਅਸੀਂ ਤੁਰੇ ਫਿਰਦੇ, ਆਪਣਾ ਜੀਵਨ ਬਤੀਤ ਕਰਦੇ। ਸਾਡੇ ਸਾਹਮਣੇ ਇੱਕ ਨਿਗੋਰਾ, ਇੱਕ ਬਿਜ਼ਨਸਮੈਨ ਬੰਦਾ, ਇੱਕ ਲੁਟੇਰੀ ਕਿਸਮ ਦਾ ਬਿਰਤੀ ਦਾ ਬੰਦਾ, ਟੱਬਰ ਪਾਲਣ ਵਾਲਾ ਬੰਦਾ ਸਾਡੀ ਕੌਮ ਨੂੰ ਸਾਡੀਆਂ ਅੱਖਾਂ ਸਾਹਮਣੇ ਲੁੱਟੀ ਜਾ ਰਿਹਾ, ਪਰ ਅਸੀਂ ਤਮਾਸ਼ਾਈਆਂ ਦੀ ਤਰ੍ਹਾਂ ਤਮਾਸ਼ਾ ਦੇਖ ਰਹੇ। ਸਾਨੂੰ ਪਰਮਾਤਮਾ ਨੇ ਅਤੇ ਦਸਮ ਪਾਤਸ਼ਾਹ ਨੇ ਮਾਫ਼ ਨਹੀਂ ਕਰਨਾ ਜਦੋਂ ਅਸੀਂ ਉਹਦੇ ਦਰ 'ਤੇ ਇਹ ਸ਼ਕਲ ਲੈ ਕੇ ਗਏ। ਆਪਣੇ ਆਪਣੇ ਫਰਜ਼ ਜ਼ਰੂਰ ਨਿਭਾਈਏ। ਅਸੀਂ ਅਗਲਾ ਪ੍ਰੋਗਰਾਮ ਦੇਵਾਂਗੇ ਉੱਥੇ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਚਰਨਾਂ 'ਚ 2 ਅਕਤੂਬਰ ਨੂੰ 10 ਵਜੇ ਤੁਸੀਂ ਆਓ। ਪਰਮਾਤਮਾ ਦੀ ਕਿਰਪਾ ਨਾਲ ਉੱਥੇ ਵਿਚਾਰਾਂ ਕਰਾਂਗੇ। ਵਿਸ਼ਾਲ ਇਕੱਠ ਨੂੰ ਵਧਾਉਣ ਲਈ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਆਓ, ਤਾਂ ਕਿ ਇਹਨਾਂ ਡਕੈਤਾਂ ਤੋਂ, ਅਸੀਂ ਨਰੈਣੂ ਮੰਤ ਦੀਆਂ ਰੂਹਾਂ ਤੋਂ ਗੁਰੂ ਘਰ ਨੂੰ ਆਜ਼ਾਦ ਕਰਾ ਸਕੀਏ। ਤੁਸੀਂ ਸਮਾਂ ਕੱਢ ਕੇ ਆਏ ਹੋ ਸਾਰੇ ਵਿਚਾਰ ਕਰਨ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਜੋ ਕੁਛ ਅਸੀਂ ਨੋਟ ਕਰਦੇ ਹਾਂ, ਜਿਹੜੇ ਪ੍ਰਚਾਰਕ ਨੇ, ਪ੍ਰਚਾਰਕਾਂ ਦੀ ਕਦਰ ਵੀ ਇਸੇ ਕਰਕੇ ਨਹੀਂ ਪਈ ਕਿਉਂਕਿ ਸਾਡੇ ਸਿਰ 'ਤੇ ਕੋਈ ਸੰਸਥਾ ਨਹੀਂ। ਜੇ ਸਾਡੇ ਪ੍ਰਚਾਰਕਾਂ ਦੀ ਬੇਕਦਰੀ ਇੱਕ ਪ੍ਰਬੰਧਕ ਕਰਦਾ ਜਿਹੜਾ ਰਾਤ ਨੂੰ ਦੁਆਰ ਚਾੜ ਕੇ ਪੀ ਕੇ ਸੌਂਦਾ, ਅਤੇ ਉਹਨੂੰ ਬੇਕਦਰੀ ਕਰੇ ਇੱਕ ਗੁਰੂ ਘਰ ਦੇ ਕੀਰਤਨੀਏ ਦੀ, ਗੁਰੂ ਘਰ ਦੇ ਗ੍ਰੰਥੀ ਦੀ, ਇਹ ਤੋਂ ਵੱਡ ਗੁਨਾਹ ਨਹੀਂ ਹੁੰਦਾ ਕੋਈ। ਪਰ ਇਹਦੀ ਸੁਣਵਾਈ ਕੇਵਲ ਅਤੇ ਕੇਵਲ ਸਾਡੀ ਸੱਚੀ ਪਾਤਸ਼ਾਹੀ ਦਾ ਪ੍ਰਤੀਕ ਅਕਾਲ ਤਖ਼ਤ ਉੱਥੇ ਹੁੰਦੀ ਹੈ, ਉਹ ਅੱਜ ਨੇਸੋ ਨਬੂਦ ਹੈ। ਤੋ ਸਾਡੀ ਰੀਝ ਆ ਕਿ ਜਦੋਂ ਪ੍ਰਬੰਧਕ ਕਮੇਟੀ ਕਿਤੇ ਆਈ ਅਤੇ ਉਦੋਂ ਇਹੋ ਜਿਹਾ ਸਿਸਟਮ ਬਣਾਵਾਂਗੇ ਜਿਹੜੀ ਧਰਮ ਦੀ ਕਲਾ ਹੈ ਉੱਚੀ ਰਹੇ, ਜਿਹੜੇ ਪ੍ਰਚਾਰਕ ਨੇ ਇਹਨਾਂ ਦੀ ਕਦਰ ਪਵੇ, ਜਿਹੜੇ ਪ੍ਰਚਾਰਕ ਨੇ ਇਹਨਾਂ 'ਤੇ ਰੋਲ ਪਾਉਣ ਵਾਲੇ ਜਿਹੜੇ ਨੇ ਆਪਣੇ ਆਪ ਨੂੰ ਡਿਕਟੇਟਰ ਨਾ ਸਮਝਣ। ਜੇ ਉਹਨਾਂ ਨੇ ਸੇਵਾਦਾਰ ਬਣ ਕੇ ਰਹਿਣਾ ਹੋਵੇ ਤਾਂ ਬੇਸ਼ੱਕ ਰਹਿਣ, ਨਹੀਂ ਤਾਂ ਘੱਟੋ ਘੱਟ ਇਹ ਅਪਮਾਨ ਕਰਨ ਵਾਲੇ ਲੋਕ ਇਹ ਉੱਥੇ ਉਹਨਾਂ ਨੂੰ ਨਹੀਂ ਰਹਿਣ ਦਿੱਤਾ ਜਾਊਗਾ। ਤਾਂ ਅਸੀਂ ਇਹ ਕੋਸ਼ਿਸ਼ ਕਰਾਂਗੇ ਪ੍ਰਚਾਰਕ ਦੀ ਲਾਈਫ ਵਧੀਆ ਹੋਵੇ, ਪ੍ਰਚਾਰਕ ਦੀ ਜਾਣਕਾਰੀ ਜਿਹੜੀ ਸੀਮਤ ਨਾ ਹੋਵੇ, ਉਹਦੇ ਲਈ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ। ਜਿੰਨਾ ਵੀ ਜਦੋਂ ਵੀ ਉਹ ਤੁਰੇ ਫੀਲਡ ਦੇ ਵਿੱਚ, ਓਨਲੀ ਘੱਟੋ ਘੱਟ 6 ਮਹੀਨੇ ਜਾਂ 3 ਮਹੀਨੇ ਇੱਕ ਉਹਨਾਂ ਨੂੰ ਟਾਈਮ ਦੇ ਕੇ ਗੁਰੂ ਘਰ 'ਚ ਬੁਲਾ ਕੇ ਉਹਨਾਂ ਨੂੰ ਬੜੀ ਵਿਸ਼ਾਲ ਜਾਣਕਾਰੀ ਗੁਰਮਤੀ ਦੇ ਕੇ ਮੈਦਾਨ ਦੇ ਵਿੱਚ ਤੋਰਿਆ ਜਾਵੇ, ਅਤੇ ਉਹਨਾਂ ਦੀਆਂ ਸੁੱਖ ਸਹੂਲਤਾਂ ਦਾ ਧਿਆਨ ਪ੍ਰਬੰਧਕ ਕਮੇਟੀ ਰੱਖੇ। ਅਸੀਂ ਯਕੀਨੀ ਬਣਾਵਾਂਗੇ ਇਹ ਸਾਡੇ ਏਜੰਡੇ 'ਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਰ, ਭਾਈ ਰਣਜੀਤ ਸਿੰਘ ਜੀ ਸਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ। ਸਨਮਾਨ ਕਰਨਗੇ ਭਾਈ ਖੁਸ਼ਦੇਵ ਸਿੰਘ ਜੀ, ਭਾਈ ਖੇਮ ਸਿੰਘ ਜੀ, ਸਿੰਘ ਸਾਹਿਬ ਜੀ ਦਾ ਸਨਮਾਨ ਕਰਨਗੇ। ਸੰਗਤਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੋ ਇਸ ਸਮੇਂ ਪਹੁੰਚੀਆਂ ਹਨ। ਭਾਈ ਸਾਹਿਬ ਆ ਜਾਓ, ਇੱਧਰਲੀ ਸਾਈਡ ਆ ਜਾਓ। ਬੋਲੇ ਸੋ ਨਿਹਾਲ ਸੋ। ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।